हेलो लर्नर्स, आज असी हिस्ट्री दे टॉपिक इंडस वैली सिविलाइजेशन बारे पढ़न जा रहे हैं। तां ये टॉपिक नू पढ़न तो पहला सानू एक बेसिक जा कंसेप्ट आना चाहिए जिन्हों असी बोलते हैं आर्कियोलॉजिकल सर्वे ऑफ इंडिया। ये इस करके जरूरी है क्योंकि जिन्हिया भी खोजा होंदिया स्थानों रिलेटड है ना, जिमें आप कह दी कोई खुदाई का काम हों तो सारा यही डिपार्टमेंट करता है। तो आर्कियोलॉजिकल सर्वे ऑफ इंडिया का मेन काम है स्थानों की खोज करना, उन्हां दी सांभ संभाल ते रख रखाव। तो जिहड़े इस डिपार्टमेंट की एस्टैबलिशमेंट है जां इह स्थापित किया गया डिपार्टमेंट, वह किया गया 1861 दे विच। तां इहदे जिहड़े फस्ट डायरैक्टर जनरल सी उह सी अलैगजेंडर कनिंगम। ते अलैगजेंडर कनिंगम नूं ही बोल दिता जांदा जी फादर ऑफ आर्कियोलॉजी। तो इस नाल साढ़े टू कंसैप्ट क्लीयर हो गए। एक तो फस्ट डायरैक्टर जनरल कौन सीगा आर्कियोलॉजिकल सर्वे ऑफ इंडिया का, तो वह सी जी अलैगजेंडर कनिंगम। सैकेंड है फादर ऑफ आर्कियोलॉजी किसनूं कहा जाता है, तो वह भी बोलिया जाता जी अलैगजेंडर कनिंगम। बट इन्हों के टाइम के देखा जाए तो इंडस वैली नाल कुछ रिलेटड कोई स्पैशल एक्सकेविशन नहीं हुई। तो जिहड़े सैकंड सी सर जॉन मार्शल, इन्हां दा जिहड़ा टाइम पीरियड सी वो 1902 to 1928 सी। हुण ये मेन इस करके है क्योंकि जिहड़ी इंडस वैली सिविलाइजेशन की खुदाई हुई है जां उस बारे पूरी दुनिया नूं पता लग्या तो इन्हां दे टाइम पीरियड दे विच ही पता लग्या। तां सर जॉन मार्शल तो बाद जिहड़े मेन सी जी उह सीगे राय बहादुर दया राम साहनी। हुण इह क्यों मेन है जी, ये इस करके मेन है क्योंकि ये फर्स्ट इंडियन सी जेडे की है आर्कियोलॉजिकल सर्वे ऑफ इंडिया दे डायरेक्टर जनरल बने सी। इन्हां दा टाइम पीरियड सी 1928 to 1935। उस तो बाद जेडे मेन आ जांदे आ मार्टिमर व्हीलर। इन्हां दा टाइम पीरियड सी 1944 to 1948। इन्हां दे टाइम दे विच भी हड़प्पा की खुदाई की गई है, बट इन्हां दा जिहड़ा मेन इंटरस्ट सी वो आपां कह सकदे हां आयरन एज नूं है जिहड़ा फाइंड आउट करना सी। तां हुण असीं स्टार्ट करन जा रहे हां इंडस वैली सिविलाइजेशन बारे। ਤਾਂ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਵਰਲਡ ਦੀਆਂ ਜਿਹੜੀਆਂ ਚਾਰ ਮੇਨ ਸਿਵਲਾਈਜੇਸ਼ਨ ਸੀਗੀਆਂ ਉਹਨਾਂ ਦੇ ਵਿੱਚੋਂ ਸਭ ਤੋਂ ਹੀ ਜ਼ਿਆਦਾ ਪਲੈਨਡ ਸਿਵਲਾਈਜੇਸ਼ਨ ਆਪਾਂ ਇਹਨੂੰ ਕਹਿ ਸਕਦੇ ਹਾਂ। ਬਾਕੀ ਦੀਆਂ ਸੱਭਿਅਤਾਵਾਂ ਇਹਦੇ ਜਿਹੜੀਆਂ ਕੰਟੈਂਪਰੇਰੀ ਆਪਾਂ ਕਹਿ ਸਕਦੇ ਹਾਂ ਕਿਹੜੀਆਂ ਕਿਹੜੀਆਂ ਸੀ, ਚਾਈਨਾ ਦੀ ਸੀ ਨੰਬਰ ਦੋ 'ਤੇ, ਅਸੀਂ ਕਹਿ ਸਕਦੇ ਹਾਂ ਮੈਸੋਪੋਟਾਮੀਆ ਦੀ ਸੀ। ਨਾਈਲ ਰਿਵਰ ਵੈਲੇ ਦੀ ਸੀ ਜਿਹਨੂੰ ਅਸੀਂ ਇਜਿਪਟ ਦੀ ਵੀ ਬੋਲ ਦਿੰਦੇ ਹਾਂ, ਮਿਸਰ ਦੀ ਸੱਭਿਅਤਾ ਬੋਲ ਦਿੰਦੇ ਹਾਂ, ਅਤੇ ਇੱਕ ਖੁਦ ਸੀ ਜੀ ਇੰਡਸ ਵੈਲੇ ਸਿਵਲਾਈਜੇਸ਼ਨ। ਠੀਕ ਹੈ, ਤਾਂ ਇਹ ਇਹਨਾਂ ਤਿੰਨਾਂ ਹੀ ਸੱਭਿਅਤਾਵਾਂ ਦੇ ਵਿੱਚੋਂ ਜ਼ਿਆਦਾ ਪਲੈਨਡ ਸੀ, ਅਰਬਨ ਸੀ ਅਤੇ ਪਲੈਨਡ ਸੀ। ਠੀਕ ਹੈ ਜੀ, ਹੁਣ ਜੇ ਅਸੀਂ ਗੱਲ ਕਰੀਏ ਵੀ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ,
ਤਾਂ ਇਹਨੂੰ ਅਸੀਂ ਸਿੱਧੂ ਘਾਟੀ ਦੀ ਸੱਭਿਅਤਾ ਵੀ ਕਹਿ ਸਕਦੇ ਹਾਂ। ਇਹਨੂੰ ਅਸੀਂ ਸੈਂਧਵ ਸੱਭਿਅਤਾ ਵੀ ਕਹਿੰਦੇ ਹਾਂ। ਇਸ ਨੂੰ ਅਸੀਂ ਕਾਂਸਾ ਯੁੱਗ ਦੀ ਸੱਭਿਅਤਾ ਵੀ ਕਹਿ ਸਕਦੇ ਹਾਂ ਕਿਉਂਕਿ ਇਸ ਟਾਈਮ ਦੇ ਵਿੱਚ ਜਿਹੜੀ ਕਾਪਰ ਤੋਂ ਲੋਕ ਕਾਪਰ ਪਲੱਸ ਟਿਨ ਤੋਂ ਬ੍ਰੋਂਜ਼ ਬਣਾਉਣ ਲੱਗ ਗਏ ਸੀ, ਤਾਂ ਬ੍ਰੋਂਜ਼ੇਸ ਜਾਂ ਨੂੰ ਆਪਾਂ ਕਾਂਸਾ ਯੁੱਗ ਕਹਿ ਸਕਦੇ ਹਾਂ। ਤਾਂ ਇਹਨੂੰ ਅਸੀਂ ਸਿੱਧੂ ਦੀ ਸੱਭਿਅਤਾ ਵੀ ਕਹਿ ਸਕਦੇ ਹਾਂ। ਸਿੱਧੂ ਨਾਮ ਵਾਰ ਵਾਰ ਤਾਂ ਆ ਰਿਹਾ ਜੀ ਕਿਉਂਕਿ ਜਿਹੜੀ ਇਹ ਸੱਭਿਅਤਾ ਉਹ ਸਿੱਧੂ ਰਿਵਰ ਦੀਆਂ ਜਿਹੜੀਆਂ ਟ੍ਰਾਈਬਿਊਟਰੀਜ਼ ਹੈ, ਜਿਨ੍ਹਾਂ ਜਾਂ ਆਪਾਂ ਕਹਿ ਸਕਦੇ ਹਾਂ ਸਿੱਧੂ ਰਿਵਰ ਦੀਆਂ ਜਿਹੜੀਆਂ ਨਦੀਆਂ, ਉਹਨਾਂ ਦੀਆਂ ਹੀ ਨਦੀ ਘਾਟੀਆਂ ਦੇ ਵਿੱਚ ਜਾਂ ਉਹਨਾਂ ਕਿਨਾਰਿਆਂ 'ਤੇ ਹੀ ਇਹ ਫਲਰਿਸ਼ ਹੋਈ ਹੈ, ਜਾਂ ਆਪਾਂ ਕਹਿ ਸਕਦੇ ਹਾਂ ਵਿਕਸਿਤ ਹੋਈ ਹੈ। ਇਹਨੂੰ ਅਸੀਂ ਹੜੱਪਾ ਦੀ ਸੱਭਿਅਤਾ ਵੀ ਕਹਿ ਦਿੰਦੇ ਹਾਂ। ਹੁਣ ਦੇਖੋ ਸਥਾਨ ਤਾਂ ਹੋਰ ਵੀ ਬਹੁਤ ਹੈ, ਜਿਵੇਂ ਮੋਹਨ ਜੋਦਾੜੋ ਹੋ ਗਿਆ, ਚੰਨਹੁਦੜੋ ਹੋ ਗਿਆ। ਮੇਨ ਤਾਂ ਜਿਹੜੀ ਲਾਰਜੈਸਟ ਦੀ ਆਪਾਂ ਗੱਲ ਕਰੀਏ ਮੋਹਨ ਜੋਦਾੜੋ, ਉਹਦਾ ਨਾਮ ਵੀ ਦਿੱਤਾ ਜਾ ਸਕਦਾ ਸੀ ਬਟ ਹੜੱਪਾ ਕਿਹਾ ਗਿਆ। ਇਹਦਾ ਰੀਜ਼ਨ ਇਹ ਹੈ ਕਿ ਜਿਹੜੀ ਸਭ ਤੋਂ ਪਹਿਲੀ ਖੋਜ ਹੋਈ ਹੈ, ਜਾਂ ਪਹਿਲੀ ਖੁਦਾਈ ਹੋਈ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ, ਉਹ ਹੜੱਪਾ ਸਥਾਨ ਦੀ ਹੀ ਹੋਈ ਹੈ, ਜੋ ਕਿ ਰਾਵੀ ਰਿਵਰ ਹੈ ਜਾਂ ਰਾਵੀ ਨਦੀ ਹੈ ਜਿਹੜੀ, ਉਹਦੇ ਇਹ ਲੈਫਟ ਕਿਨਾਰੇ 'ਤੇ ਹੈ, ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਖੱਬਾ ਕਿਨਾਰਾ। ਰਾਵੀ ਰਿਵਰ ਦਾ ਜਿਹੜਾ ਖੱਬਾ ਕਿਨਾਰਾ ਹੈ ਉਹਦੇ ਉੱਪਰ ਹੜੱਪਾ ਜਿਹੜਾ ਉਹ ਸਥਿਤ ਹੈ, ਅਤੇ ਪਾਕਿਸਤਾਨ ਦੇ ਵਿੱਚ ਹੈ ਹੁਣ ਦੇ ਟਾਈਮ ਦੇ ਵਿੱਚ। ਬਾਕੀ ਵੀ ਆਪਾਂ ਸਾਰੇ ਸਥਾਨਾਂ ਬਾਰੇ ਪੜ੍ਹਾਂਗੇ ਬਟ ਉਹ ਇੱਕ ਅਲੱਗ ਵੀਡੀਓ ਦੇ ਵਿੱਚ ਪੜ੍ਹਾਂਗੇ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਇਹਦੀ ਹਿਸਟਰੀ ਦੀ, ਵੀ ਇਹਦੀ ਹਿਸਟਰੀ ਕੀ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਦੀ। ਕਿਵੇਂ ਪਤਾ ਲੱਗਿਆ ਇਸ ਸੱਭਿਅਤਾ ਬਾਰੇ ਵੀ ਇੰਡੀਆ ਦੇ ਵਿੱਚ ਵੀ ਕੋਈ ਇੰਨੀ ਵਧੀਆ ਸੱਭਿਅਤਾ ਹੈ? ਠੀਕ ਹੈ, ਤਾਂ ਹੁਣ ਜਿਹੜੀ ਮੇਨ ਗੱਲ ਆਉਂਦੀ ਹੈ ਉਹ ਆਉਂਦੀ ਹੈ ਇਹਦੀ ਹਿਸਟਰੀ ਦੀ। ਤਾਂ ਜਿਹੜੀ ਇਹਦੀ ਹਿਸਟਰੀ ਹੈ ਦੇਖਿਆ ਜਾਵੇ ਤਾਂ ਜਿਵੇਂ ਆਪਾਂ ਮੇਨ ਤਾਂ ਕਹਿ ਦਿੰਦੇ ਹਾਂ ਕਿ ਜਿਹੜੀ ਇਹਦੀ ਖੋਜ ਹੈ ਉਹ ਦਯਾ ਰਾਮ ਸਾਹਨੀ ਨੇ ਕੀਤੀ ਹੈ, ਬਟ ਜਿਹੜਾ ਸਭ ਤੋਂ ਪਹਿਲੀ ਵਾਰ ਜਿਹੜਾ ਪਤਾ ਲੱਗਿਆ ਇਸ ਬਾਰੇ ਕਿ ਹੜੱਪਾ ਦੇ ਵਿੱਚ ਕੋਈ ਸੱਭਿਅਤਾ ਹੈ ਉਹ 1826 ਦੇ ਵਿੱਚ ਪਤਾ ਲੱਗਿਆ। ਠੀਕ ਹੈ ਜੀ, 1826 ਦੇ ਵਿੱਚ ਜਿਹੜੇ ਚਾਰਲਸ ਮੈਸਨ ਸੀ ਉਹਨਾਂ ਨੂੰ ਪਤਾ ਲੱਗਿਆ। ਹੁਣ 1826 ਤੱਕ ਜਿਹੜੇ ਬ੍ਰਿਟਿਸ਼ਰ ਸੀ ਉਹਨਾਂ ਦਾ ਕੰਟਰੋਲ ਹੈ ਉਹ ਪੰਜਾਬ ਵੱਲ ਨਹੀਂ ਸੀ, ਠੀਕ ਹੈ, ਇਸ ਕਰਕੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਤਾਂ ਚਾਰਲਸ ਮੈਸਨ ਨੂੰ ਵੈਸੇ ਹੀ ਪਤਾ ਲੱਗਿਆ ਵੀ ਸਾਹੀਵਾਲ ਦੇ ਨਜ਼ਦੀਕ ਸੀ ਜੀ ਜਿਹੜਾ ਹੜੱਪਾ ਦਾ ਸਥਾਨ, ਸਾਹੀਵਾਲ ਰੀਜਨ ਦੇ ਨਜ਼ਦੀਕ ਉਹਨੂੰ ਕੁਛ ਖੰਡਰ ਮਿਲੇ, ਬਟ ਉਸ ਸਮੇਂ ਇੰਨਾ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਕਿ ਆਪਾਂ ਜਾਣਦੇ ਹਾਂ। ਆਰਕਿਓਲੋਜੀਕਲ ਡਿਪਾਰਟਮੈਂਟ ਦੀ ਹਜੇ ਤੱਕ ਸਥਾਪਨਾ ਨਹੀਂ ਹੋਈ ਸੀ। ਫਿਰ ਜਿਹੜਾ ਸੈਕਿੰਡ ਟਾਈਮ ਜਿਹੜਾ ਪਤਾ ਲੱਗਿਆ ਜੀ 1831 ਦੇ ਵਿੱਚ, ਉਹ ਸੀਗੇ ਬਰਨਸ, ਉਹਨਾਂ ਨੂੰ ਪਤਾ ਲੱਗਿਆ, ਬਟ ਦੋਨਾਂ ਹੀ ਵਾਰ ਕੁਛ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਫਿਰ ਜਦੋਂ ਅਸੀਂ ਦੇਖਦੇ ਹਾਂ ਇਹਦੀ ਇੱਕ ਸੀਲ ਮਿਲੀ 1853 ਦੇ ਵਿੱਚ ਅਲੈਗਜ਼ੈਂਡਰ ਕਨਿੰਗਮ ਨੂੰ, ਅਲੈਗਜ਼ੈਂਡਰ ਕਨਿੰਗਮ ਨੂੰ 1853 ਦੇ ਵਿੱਚ ਇੱਕ ਸੀਲ ਮਿਲੀ ਸੀ। ਠੀਕ ਹੈ, ਉਹ ਸੀਲ ਦੇ ਉੱਪਰ ਇੱਕ ਹੰਪ ਵਾਲਾ ਬੁੱਲ ਬਣਿਆ ਹੋਇਆ ਸੀ ਪਲੱਸ 6 ਲੈਟਰ ਸੀ। ਠੀਕ ਹੈ ਜੀ, ਤੇ ਕਨਿੰਗਮ ਨੇ ਉਸ ਸਮੇਂ ਇਹਦਾ ਬਿਲਕੁਲ ਧਿਆਨ ਨਹੀਂ ਦਿੱਤਾ ਕਿਉਂਕਿ ਇਹਦਾ ਜਿਹੜਾ ਮੇਨ ਇੰਟਰਸਟ ਸੀ ਉਹ ਕਾਹਦੇ ਵਿੱਚ ਸੀ,
ਉਹ ਬੁੱਧਿਸਟ ਸਤੂਪ ਸੀ ਜਿਹੜੇ, ਉਹਨਾਂ ਬਾਰੇ ਜਿਹੜਾ ਐਕਸਕੇਵੇਟ ਕਰ ਰਿਹਾ ਸੀ, ਇਸ ਕਰਕੇ ਉਹਨੇ ਬਹੁਤਾ ਧਿਆਨ ਨਹੀਂ ਦਿੱਤਾ। ਫਿਰ ਦੁਬਾਰਾ 1856 ਦੇ ਵਿੱਚ ਫਿਰ ਕੁਛ ਸਿਮਟਮ ਸੀ ਜਿਹੜੇ ਮਿਲੇ ਸਭਿਅਤਾ ਦੇ, ਅਲੈਗਜ਼ੈਂਡਰ ਕਨਿੰਗਮ ਨੂੰ ਫਿਰ ਨਹੀਂ ਧਿਆਨ ਦਿੱਤਾ ਗਿਆ। ਤਾਂ 1875 ਦੇ ਵਿੱਚ ਕੀ ਹੋਇਆ ਜੀ, ਉਸ ਸਮੇਂ ਮੁਲਤਾਨ ਤੋਂ ਲਾਹੌਰ ਦੇ ਵਿੱਚ, ਮੁਲਤਾਨ ਤੋਂ ਲਾਹੌਰ ਤੱਕ ਜਿਹੜੀ 100 ਮਾਈਲਸ ਦੀ ਇੱਕ ਰੇਲਵੇ ਟਰੈਕ ਵਿਛਾਈ ਜਾ ਰਹੀ ਸੀ, ਠੀਕ ਹੈ। ਤਾਂ ਕਨਿੰਗਮ ਨੇ ਇਸ ਤੇ ਖੁਦ ਹੀ ਬਿਆਨ ਦਿੱਤਾ ਕਿ ਨੇੜਲੇ ਖੰਡਰ ਹੜੱਪਾ ਦੇ ਸਥਾਨ ਤੋਂ ਇੰਨੀਆਂ ਕਿੱਟਾਂ ਪ੍ਰਾਪਤ ਹੋ ਗਈਆਂ ਵੀ ਇਹ ਜਿਹੜੇ ਰੇਲਵੇ ਟਰੈਕ ਹੈ ਉਸ ਦੇ ਲਈ ਸਫੀਸ਼ੀਐਂਟ ਸੀਗੀਆਂ, ਠੀਕ ਹੈ। ਤਾਂ ਹੜੱਪਾ ਦੇ ਵਿੱਚ ਉਦੋਂ ਤੱਕ ਜਿਹੜੇ ਇੱਟ ਚੋਰ ਬਹੁਤ ਹੋ ਗਏ ਸੀ, ਠੀਕ ਹੈ। ਤਾਂ ਇਸ ਕਰਕੇ ਜਿਹੜੀ ਹੜੱਪਾ ਦੀ ਸਭਿਅਤਾ ਬਾਕੀ ਸਭਿਅਤਾ ਨਾਲ ਜਿਹੜੇ ਬਾਕੀ ਸਥਾਨ ਮਿਲਿਆ ਉਹਨਾਂ ਨਾਲੋਂ ਥੋੜੀ ਡਿਸਟਰੋਏ ਹੋ ਗਈ ਸੀ, ਜਿਹੜੀ ਹੜੱਪਾ ਦੀ ਆਪਾਂ ਜਿਹੜੀ ਜਗ੍ਹਾ ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਉਸ ਸਮੇਂ ਇਹਦੇ ਵੱਲ ਥੋੜਾ ਬਹੁਤ ਧਿਆਨ ਦਿੱਤਾ ਗਿਆ, ਕਿਉਂਕਿ ਆਪਾਂ ਦੇਖਦੇ ਹਾਂ 1861 ਦੇ ਵਿੱਚ ਡਿਪਾਰਟਮੈਂਟ ਕੀ ਹੈ ਜਿਹੜਾ ਆਰਕਿਓਲੋਜੀਕਲ ਡਿਪਾਰਟਮੈਂਟ ਉਹ ਇਸਟੈਬਲਿਸ਼ ਹੋ ਗਿਆ ਸੀ। ਬਟ ਮੇਨ ਆਪਾਂ ਦੇਖਿਆ ਜਿਹੜੀ ਉਹਨਾਂ ਦੀ ਕੰਸੈਂਟ੍ਰੇਸ਼ਨ ਸੀ ਉਹ ਮੇਨ ਸੀਗੀ ਬੁੱਧਿਸਟ ਸਤੂਪ ਦੇ ਵਿੱਚ, ਕਿਉਂਕਿ ਜਿਹੜੇ ਸ਼ਿਸ਼ ਸੀ ਇਹ ਅਲੈਗਜ਼ੈਂਡਰ ਕਨਿੰਗਮ, ਜੇਮਸ ਪ੍ਰਿੰਸਪ ਦੇ, ਜੇਮਸ ਪ੍ਰਿੰਸਪ ਦੇ, ਜਿਨ੍ਹਾਂ ਨੇ ਕਿ 1837 ਦੇ ਵਿੱਚ ਜਿਹੜੀ ਖਰੋਸ਼ਟੀ ਲਿਪੀ ਸੀ, ਖਰੋਸ਼ਟੀ ਸਕ੍ਰਿਪਟ ਸੀ ਜਾਂ ਖਰੋਸ਼ਟੀ ਲਿਪੀ ਕਹਿ ਸਕਦੇ ਹਾਂ, ਉਹ ਡੈਸੀਫਰ ਕੀਤੀ ਸੀ, ਮੀਨਸ ਉਹਨੂੰ ਪੜ੍ਹ ਲਿਆ ਸੀ, ਠੀਕ ਹੈ। ਤਾਂ ਕਿਤੇ ਨਾ ਕਿਤੇ ਹੜੱਪਾ ਦੀ ਸਭਿਅਤਾ ਨੂੰ ਵੀ 1875 ਤੱਕ ਬੁੱਧਿਸਟ ਜਿਹੜੀ ਰਿਲੀਜਨ ਸੀ ਉਹਦੇ ਨਾਲ ਹੀ ਜੋੜਿਆ ਜਾ ਰਿਹਾ ਸੀ। ਤਾਂ ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਸਰ ਜੌਨ ਮਾਰਸ਼ਲ, ਜਦੋਂ ਜੌਨ ਮਾਰਸ਼ਲ 1902 ਦੇ ਵਿੱਚ ਡਾਇਰੈਕਟਰ ਜਨਰਲ ਬਣੇ ਆ ਜੀ, ਡਾਇਰੈਕਟਰ ਜਨਰਲ ਆਫ ਆਰਕਿਓਲੋਜੀਕਲ ਸਰਵੇ ਆਫ ਇੰਡੀਆ, ਤਾਂ ਉਹਨਾਂ ਦਾ ਧਿਆਨ ਇਸ ਚੀਜ਼ ਵੱਲ ਗਿਆ, ਠੀਕ ਹੈ। ਤਾਂ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਰਾਏ ਬਹਾਦੁਰ, ਦਯਾ ਰਾਮ ਸਾਹਨੀ ਤੇ MS ਵਟਸ, ਜਿਹਨੂੰ ਅਸੀਂ ਮਾਧੋ MS ਵਟਸ, ਮਾਧੋ ਸਰੂਪ ਵਟਸ, ਠੀਕ ਹੈ ਜੀ। ਇਹਨਾਂ ਦੋਨਾਂ ਦੇ ਅੰਡਰ ਸਰ ਜੌਨ ਮਾਰਸ਼ਲ ਨੇ 1921 ਦੇ ਵਿੱਚ ਜਿਹੜਾ ਹੜੱਪਾ ਸੀ ਉਸਦੀ ਐਕਸਕੇਵੇਸ਼ਨ ਸਟਾਰਟ ਕਰਾਈ, ਠੀਕ ਹੈ ਜੀ, ਹੜੱਪਾ ਦੀ। ਫਿਰ ਦੁਬਾਰਾ ਉਹਨਾਂ ਨੇ ਕੀ ਕੀਤਾ, ਹੜੱਪਾ ਤੋਂ ਇਲਾਵਾ 1922 ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਮੋਹਨਜੋਦੜੋ ਪਲੇਸ ਦੀ ਐਕਸਕੇਵੇਸ਼ਨ ਸਟਾਰਟ ਕਰਾਈ। ਇਹ ਕਿਹਦੇ ਅੰਡਰ ਕਰਵਾਈ ਸੀ ਜੀ, RD ਬੈਨਰਜੀ, ਜਿਨ੍ਹਾਂ ਦਾ ਨਾਮ ਸੀ ਰਾਖਲ ਦਾਸ ਬੈਨਰਜੀ, ਹੋਰ ਇਹਨਾਂ ਨਾਲ ਸੀ ਜੀ EJH ਮੱਕੇ, ਜਿਹਨੂੰ ਅਸੀਂ ਅਰਨਸਟ ਮੱਕੇ ਵੀ ਬੋਲ ਦਿੰਦੇ ਹਾਂ, ਤੇ ਖੁਦ ਅਲੈਗਜ਼ੈਂਡਰ। ਇਹਨਾਂ ਦੋਨਾਂ ਦੇ ਨਾਲ ਸਰ ਜੌਨ ਮਾਰਸ਼ਲ ਨੇ ਮੋਹਨਜੋਦਾਰੋ ਦੇ ਵਿੱਚ, ਤੇ ਰਾਏ ਬਹਾਦੁਰ ਦਯਾ ਰਾਮ ਸਾਹਨੀ ਤੇ ਮਾਧੋ ਸਰੂਪ ਵਰਡਸ, ਜਿਹਨੂੰ ਅਸੀਂ MS ਵਰਡਸ ਵੀ ਬੋਲ ਦਿੰਦੇ ਹਾਂ, ਇਹਨਾਂ ਪਲੇਸਿਸ ਦੀ ਜਿਹੜੀ ਐਕਸਕੇਵੇਸ਼ਨ ਸਟਾਰਟ ਕਰਵਾਈ ਸੀ, ਠੀਕ ਹੈ ਜੀ। ਤਾਂ 1923 ਦੇ ਵਿੱਚ ਸਰ ਜੌਨ ਮਾਰਸ਼ਲ ਨੂੰ ਹੀ ਥੋੜੀ ਜਿਹੀ ਸਕ੍ਰਿਪਟ ਮਿਲੀ ਸੀ ਇਸ ਦੀ,
ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਜਿਹੜੀ ਲਿਪੀ ਆ ਉਹ ਪਿਕਚੋਰੀਅਲ ਹੈ, ਚਿੱਤਰਾਤਮਕ ਹੈ, ਠੀਕ ਹੈ। ਤਾਂ ਇਸ ਦੀ ਜਿਹੜੀ ਕੀ ਆ ਸਕ੍ਰਿਪਟ ਮਿਲੀ ਸੀ, ਜ਼ਿਆਦਾ ਨਹੀਂ ਮਿਲੀ, ਇਸ ਕਰਕੇ ਇਹਨੂੰ ਉਸ ਸਮੇਂ ਵੀ ਡੈਸੀਫਰ ਨਹੀਂ ਕੀਤਾ ਗਿਆ, ਹਾਲਾਂਕਿ ਅੱਜ ਵੀ ਨਹੀਂ ਕੀਤਾ ਜਾ ਸਕਿਆ। ਤਾਂ ਸਕ੍ਰਿਪਟ ਮਿਲੀ ਜੀ। ਅੱਛਾ, ਜਿਹੜੀ ਇਹ ਸਕ੍ਰਿਪਟ ਹੈ, ਇਹ ਜਿਹੜੀ ਹੈ ਜੀ ਸਕ੍ਰਿਪਟ, ਇਹ ਲਿਖੀ ਜਾਂਦੀ ਹੈ ਜੀ ਸੱਜੇ ਤੋਂ ਖੱਬੇ। ਇਹਦੇ ਵਿੱਚ ਕਈ ਸਥਾਨਾਂ ਤੇ ਸਾਨੂੰ ਬੋਸਟ੍ਰੋਫੈਡਸ ਜਿਹੜੀ ਸਕ੍ਰਿਪਟ ਹੈ ਉਹ ਵੀ ਮਿਲੀ ਹੈ। ਹੁਣ ਜਿਹੜੀ ਬੋਸਟ੍ਰੋਫੈਡਸ ਸਕ੍ਰਿਪਟ ਹੈ ਜਾਂ ਆਪਾਂ ਲਿਪੀ ਕਹਿ ਸਕਦੇ ਹਾਂ, ਇਹ ਓਪੋਜ਼ਿਟ ਤਰੀਕੇ ਦੇ ਵਿੱਚ ਲਿਖੀ ਜਾਂਦੀ ਹੈ। ਜਿਵੇਂ ਦੇਖੋ ਇਹ ਕੀ ਹੈ, ਸੱਜੀ ਸਾਈਡ ਤੋਂ ਆਪਾਂ ਸਟਾਰਟ ਕੀਤਾ ਇਹਨੂੰ ਰਾਈਟ ਕਰਨਾ, ਖੱਬੀ ਤੇ ਆ ਕੇ ਆਪਾਂ ਖਤਮ ਕੀਤਾ। ਜਿਹੜੀ ਸੈਕਿੰਡ ਲਾਈਨ ਹੈ ਜੀ ਉਹ ਖੱਬੀ ਤੋਂ ਹੀ ਸਟਾਰਟ ਹੋਊਗੀ ਤੇ ਸੱਜੇ ਵੱਲ ਜਾਊਗੀ, ਜਦੋਂ ਇੱਥੇ ਖਤਮ ਹੋਗੀ ਸੱਜੇ ਤੋਂ ਸਟਾਰਟ ਹੋ ਕੇ ਫੇਰ ਖੱਬੇ ਵੱਲ ਜਾਊਗੀ, ਠੀਕ ਹੈ। ਤਾਂ ਜਿਹੜੀ ਕੁਛ ਕੁ ਸਕ੍ਰਿਪਟ ਆ ਉਹ ਬੋਸਟ੍ਰੋਫੈਡਸ ਦੇ ਵਿੱਚ ਮਿਲੀਆਂ ਹੋਈਆਂ, ਇੰਡਸ ਵੈਲੀ ਸਿਵਿਲਾਈਜੇਸ਼ਨ ਦੇ ਵਿੱਚ। ਤਾਂ ਜਿਵੇਂ ਅਸੀਂ ਦੇਖਿਆ ਸਰ ਜੌਨ ਮਾਰਸ਼ਲ ਨੇ 1921 ਦੇ ਵਿੱਚ ਹੜੱਪਾ ਦੀ ਜਿਹੜੀ ਐਕਸਕੇਵੇਸ਼ਨ ਖੁਦਾਈ ਉਹ ਕਰਵਾਈ ਸੀ। 1922 ਦੇ ਵਿੱਚ ਉਹਨਾਂ ਨੇ ਮੋਹਨਜੋਦਾਰੋ ਦੀ ਕਰਵਾਈ ਸੀ, ਰਾਖਲ ਦਾਸ ਬੈਨਰਜੀ ਤੇ AJH ਮਕੇ ਦੇ ਅੰਡਰ, ਠੀਕ ਹੈ। ਤੇ 1923 ਦੇ ਵਿੱਚ ਉਹਨਾਂ ਨੂੰ ਸਕ੍ਰਿਪਟ ਮਿਲੀ ਸੀ। ਤਾਂ ਉਹਨਾਂ ਨੇ ਜਿਹੜੀ ਆਪਾਂ ਅੱਜ ਜਾਣਦੇ ਆ ਨਾ ਇੰਡਸ ਵੈਲੀ ਸਿਵਿਲਾਈਜੇਸ਼ਨ, ਇਹਦਾ ਨਾਮ ਜਾਣਦੇ ਆ, ਉਹ ਜਿਹੜੀ ਦੇਣ ਹੈ ਸਰ ਜੌਨ ਮਾਰਸ਼ਲ ਦੀ ਹੀ ਦੇਣ ਹੈ। ਤਾਂ ਉਹਨਾਂ ਨੇ ਜੀ ਨਾਈਨਟੀਨ ਦੇ ਵਿੱਚ ਸਰ ਜੌਨ ਮਾਰਸ਼ਲ ਨੇ 1924 ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇਸ ਨਵੀਂ ਸਭਿਅਤਾ ਬਾਰੇ ਜਿਹੜਾ ਅਨਾਊਂਸਮੈਂਟ ਕਰਤਾ ਸੀ, ਇੰਡਸ ਵੈਲੀ ਸਿਵਿਲਾਈਜੇਸ਼ਨ ਨੂੰ ਜਿਹੜਾ ਅਨਾਊਂਸ ਕੀਤਾ ਗਿਆ ਕਿ ਇੰਡੀਆ ਦੇ ਵਿੱਚ ਜਿਹੜੀ ਪਲੈਨਡ ਸਿਵਿਲਾਈਜੇਸ਼ਨ ਹੈ ਜਾਂ ਸਭ ਤੋਂ ਪੁਰਾਣੀ ਸਭਿਅਤਾ ਹੈ ਉਸ ਬਾਰੇ ਸਰ ਜੌਨ